ਗੱਲਬਾਤ ਹੋਈ ਹੈ। ਸਰ ਮੈਂ ਸੁਨੀਲ ਸਿੰਘ ਸਲਾਰੀਆ, ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਨਸ਼ਹਿਰਾ ਨਲਬੰਦਾ। ਅੱਜ ਅਸੀਂ ਸਵੇਰੇ 9:45 ਜ਼ਿਲ੍ਹੇ ਬੈਂਕ ਵਿੱਚ ਆਏ ਹਾਂ ਅਤੇ ਪਤਾ ਲੱਗਿਆ ਕਿ ਬੈਂਕ ਵਿੱਚ ਅੰਦਰ ਖਲਾਰਾ ਪਿਆ ਹੋਇਆ ਸਾਰਾ, ਅਤੇ ਜਿਸਲੇ ਅਸੀਂ ਬਾਅਦ 'ਚ ਪਿਛਲੇ ਜਾ ਕੇ ਦੇਖਿਆ ਤਾਂ ਪਿੱਛੇ ਰੋਸ਼ਨਦਾਨ ਨੂੰ ਤੋੜ ਕੇ ਅਤੇ ਅੰਦਰ ਉਹਦੇ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੋਈ ਹੈ। ਅਤੇ ਜਿਹੜੇ ਅੰਦਰ ਜਾ ਕੇ ਖੋਲ੍ਹ ਕੇ ਦੇਖਿਆ ਅਤੇ ਕਾਫੀ ਖਲਾਰਾ ਖਲੋਰਾ ਪਿਆ ਹੋਇਆ ਸੀ, ਪਰ ਸੇਫ ਜਿਹੜੀ ਟੁੱਟਣ ਨੂੰ ਬਚੀ ਹੋਈ ਹੈ, ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਸੇਫ ਨੂੰ ਤੋੜਨ ਦੀ। ਅਤੇ ਕੰਪਿਊਟਰ ਅਤੇ CPU ਵਗੈਰਾ ਠੀਕ ਨੇ, ਔਰ ਡਾਕੂਮੈਂਟ ਵਗੈਰਾ ਅਜੇ ਪੂਰੀ ਤਰ੍ਹਾਂ ਚੈੱਕ ਨਹੀਂ ਕੀਤੇ, ਕੁਛ ਹੋ ਸਕਦਾ ਹੈ ਫਾਰਡ ਵਗੈਰਾ ਦਿੱਤੇ ਹੋਣ, ਪਰ ਮੈਕਸੀਮਮ ਚੀਜ਼ਾਂ ਕੈਸ਼ ਅਤੇ ਹੋਰ ਸਿਕਿਉਰਿਟੀ ਜਿਹੜੀ ਉਹ ਸੇਫ ਹੈ। ਕੋਈ ਰਾਤ ਨੂੰ ਕੋਈ ਸਿਕਿਉਰਿਟੀ ਗਾਰਡ ਵਗੈਰਾ ਦੀ ਕੋਈ ਇੱਥੇ ਨਹੀਂ ਹੈਗਾ? ਇਹਦੇ ਵਿੱਚ ਕੈਮਰੇ ਲੱਗੇ ਹੋਏ ਨੇ ਅਤੇ ਕੈਮਰੇ ਵਿੱਚ ਜਿਨ੍ਹਾਂ ਨੇ ਵੀ ਚੋਰੀ ਦੀ ਕੋਸ਼ਿਸ਼ ਕੀਤੀ ਆ ਉਹ ਕੈਮਰੇ ਦੇ ਰਿਕਾਰਡ ਵਿੱਚ ਹੋ ਗਏ ਹੈ ਅਤੇ ਸੰਬੰਧਿਤ ਕੈਮਰੇ ਦੀ ਰਿਕਾਰਡਿੰਗ ਸੰਬੰਧਿਤ ਪੁਲਿਸ ਅਧਿਕਾਰੀ ਉਹਨੂੰ ਦੇ ਦਿੱਤੀ। ਪ੍ਰਸ਼ਾਸਨ ਦੇ ਧਿਆਨ 'ਚ ਤੁਸੀਂ ਗੱਲ ਲਿਆਂਦੀ, ਕੋਈ ਆਇਆ ਕੋ ਅਧਿਕਾਰੀ? ਪ੍ਰਸ਼ਾਸਨ ਦੇ ਧਿਆਨ ਵਿੱਚ ਸਵੇਰੇ 100 'ਤੇ ਡਾਇਲ ਕਰਕੇ ਕਰ ਦਿੱਤਾ, ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਫੋਰੈਂਸਿਕ ਟੀਮ ਵੀ ਆਉਂਦੀ ਪਈ ਹੈ ਅਤੇ ਹੁਣ ਅਗਲੀ ਜੋ ਵੀ ਕਾਰਵਾਈ ਉਹਨਾਂ ਨਾਲ ਸਾਡਾ ਪੂਰਾ ਸਹਿਯੋਗ ਕਰਦੇ ਹਾਂ।